ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ। ਲਓ ਜੀ ਸਾਡਾ ਚੈਨਲ ਮਕੈਨਿਕ ਪਾਲੀ ਰੂਮੀ, ਲਾਈਕ ਐਂਡ ਸਬਸਕ੍ਰਾਈਬ ਕਰੋ। ਉਹ ਦੋਸਤੋ, ਇਹ ਆਲਟੋ ਦੇ ਵਿੱਚ ਪਾਣੀ ਸੀ। ਪਾਣੀ ਹੋਣ ਦੇ ਕਾਰਨ ਦੇਖੋ ਕਿੰਨਾ ਇਸਦਾ ਰੇਡੀਏਟਰ ਜੰਗ ਲੱਗ ਚੁੱਕਾ ਹੈ, ਬਹੁਤ ਜ਼ਿਆਦਾ ਖਰਾਬ ਸੀ। ਇਹ ਦੇਖੋ ਪਾਣੀ ਬਾਲਟੀ ਦੇ ਵਿੱਚ ਜੇ ਤੁਹਾਨੂੰ ਦਿਸ ਰਿਹਾ ਹੈ ਤਾਂ ਪੂਰਾ ਲਾਲ, ਜੰਗ ਹੀ ਜੰਗ। ਸੋ ਦੇਸ਼ ਤੋਂ ਇਹ ਹੁਣ ਰੇਡੀਏਟਰ ਕੱਢ ਲਿਆ ਹੈ। ਕੱਢਣ ਤੋਂ ਬਾਅਦ ਇਸ ਦੀ ਸਫਾਈ ਕਰਾਵਾਂਗੇ। ਰੇਡੀਏਟਰ ਸਾਫ਼ ਹੋਣ ਤੋਂ ਬਾਅਦ ਇਸ ਨੂੰ ਦੁਬਾਰਾ ਲਗਾਵਾਂਗੇ ਅਤੇ ਇਸ ਦੀ ਇਹ ਦੇਖੋ ਰੇਡੀਏਟਰ ਉੱਤੇ ਆ ਗਿਆ ਹੈ। ਇਸ ਦੀ ਟੈਂਕੀ ਪੱਟੀ ਜਾਵੇਗੀ। ਟੈਂਕੀ ਪੱਟਣ ਤੋਂ ਬਾਅਦ ਇਸ ਦੀ ਸਫਾਈ ਹੋਵੇਗੀ। ਇਹ ਟੈਂਕੀ ਦੇ ਸਾਰੇ ਲੋਕ ਖੁੱਲ੍ਹ ਚੁੱਕੇ ਹਨ। ਇਹ ਦੂਸਰੇ ਪਾਸੇ ਦੇ ਖੁੱਲ੍ਹਣਗੇ ਹੁਣ। ਸਾਰੇ ਲੋਕ ਖੋਲ੍ਹਣ ਤੋਂ ਬਾਅਦ ਟੈਂਕੀ ਪੱਟੀ ਜਾਵੇਗੀ। ਇਸ ਤੋਂ ਬਾਅਦ ਇਸ ਨੂੰ ਇਸ ਦੇ ਵਿੱਚ ਤੇਜ਼ਾਬ ਪਾ ਕੇ ਚੰਗੀ ਤਰ੍ਹਾਂ ਸਾਫ਼ ਕਲੀਨ ਕਰਾਂਗੇ। ਜੋ ਵੀ ਇਸ ਦੇ ਵਿੱਚ ਜੰਗ ਹੈ ਉਹ ਸਾਰਾ ਬਾਹਰ ਕੱਢਾਂਗੇ। ਟੈਂਕੀ ਪੱਟਾਂਗੇ ਹੁਣ। ਲਓ ਜੀ ਦੇਖੋ, ਇਹ ਟੈਂਕੀ ਚੈੱਕ ਕਰਾਂਗੇ ਕਿਤੋਂ ਟੁੱਟੀ ਤਾਂ ਨਹੀਂ। ਕਈ ਵਾਰ ਇਹ ਪਲਾਸਟਿਕ ਦੀ ਟੈਂਕੀ ਹੈ, ਕਿਸੇ ਥਾਂ ਤੋਂ ਕਰੈਕ ਹੁੰਦੀ ਹੈ। ਸੋ ਇਸ ਦੀ ਇਹ ਲੋਹੇ ਵਾਲੀ ਪਾਈਪ ਜੋ ਕਿ ਪਾਣੀ ਦੇ ਕਾਰਨ ਗਲ ਚੁੱਕੀ ਸੀ, ਉਹ ਵੀ ਚੇਂਜ ਕਰਾਂਗੇ। ਇਹ ਦੇਖੋ ਪਾਈਪ ਦਾ ਕੀ ਹਾਲ ਹੈ, ਇਹ ਸਾਰੇ ਪਾਸਿਓਂ ਗਲ ਚੁੱਕੀ ਸੀ। ਸੋ ਦੋਸਤੋ, ਪਾਣੀ ਦੀ ਘੱਟ ਵਰਤੋਂ ਕਰੋ, ਕੰਪਨੀ ਅਨੁਸਾਰ ਹੀ ਕੂਲੈਂਟ ਜੋ 30-70 ਦੀ ਰੇਸ਼ੋ ਹੈ ਉਸ ਦੇ ਅਨੁਸਾਰ ਪਾਓ। ਆਲਟੋ ਦੀਆਂ ਗੱਡੀਆਂ, ਮਰੂਤੀ ਕਾਰ ਦੀ ਜੋ ਰੈਕਮੈਂਡੇਸ਼ਨ ਹੈ ਉਸ ਦੇ ਅਨੁਸਾਰ। ਸੋ ਇਹ ਲੋਹੇ ਵਾਲੀ ਪਾਈਪ ਚੇਂਜ ਹੋ ਚੁੱਕੀ ਹੈ।